ਸਾਰੇ ਆਪਦਾ ਕੁਛ ਨਾ ਕੁਛ ਲੈ ਕੇ ਗੇਮ ਮੋਡ ਦੇ ਵਿੱਚ ਕਰਾ ਲੈਂਦੇ ਹਾਂ। ਅਸੀਂ ਅੱਜ ਜਾ ਰਹੇ ਹਾਂ ਕਿਤੇ ਨਵੀਂ ਜਗ੍ਹਾ 'ਤੇ, ਫਸਟ ਟੈਗ ਚੈੱਕ ਕਰਿਓ, ਤੁਹਾਨੂੰ ਵਧੀਆ ਲੱਗੂਗਾ। ਕਿੱਦਾਂ ਵੀ ਲੋਕੇਸ਼ਨ ਹੈ, ਸੋਹਣੀ ਲੱਗੂ ਜਗ੍ਹਾ ਤੁਹਾਨੂੰ। ਕਿੱਦਾਂ ਵੀ ਮਿੱਤਰੋ, ਕੀ ਹਾਲ ਚਾਲ ਆ, ਅੱਜ ਆਪਾਂ ਆਏ ਹਾਂ ਘੁੰਮਣ ਨਵੀਂ ਜਗ੍ਹਾ 'ਤੇ, ਦਿਖਾਉਂਦੇ ਹਾਂ ਤੁਹਾਨੂੰ ਇੱਥੋਂ ਦੇ ਰੰਗ ਢੰਗ। ਅਸੀਂ ਜਾਣਾ ਵੈਸੇ ਤਾਂ ਬੀਚ 'ਤੇ ਅੱਜ, ਬਾਕੀ ਅਸੀਂ ਪਹਿਲਾਂ ਹੋਰ ਜਗ੍ਹਾ ਆਏ ਹਾਂ, ਉੱਥੋਂ ਦਾ ਤੁਹਾਨੂੰ ਦਿਖਾ ਦਿੰਦੇ ਹਾਂ ਕੀ ਸੀਨ ਆ। ਹਲੇ ਲੋਕ ਕਿੰਨਾ ਸੋਹਣੀ ਜਗ੍ਹਾ ਬਣਾਈ ਹੋਈ ਆ ਫੋਟੋਆਂ ਖਿੱਚਣ ਲਈ, ਕੋਈ ਵੀ ਫੋਟੋਆਂ ਕਰਾ ਸਕਦਾ ਇੱਥੇ ਆ ਕੇ, ਫ੍ਰੀ ਹੈ ਇਹਦੀ, ਕੋਈ ਟਿਕਟ ਵਗੈਰਾ ਨਹੀਂ ਲੱਗੀ। ਵੀ ਮਿੱਤਰੋ ਵਿਊ ਚੈੱਕ ਕਰੋ, ਜਿਹੜਾ ਬੈਕ ਸਾਈਡ ਕਿੱਦਾਂ ਲੱਗ ਰਿਹਾ, ਲੋਕੇਸ਼ਨ ਸੋਹਣੀ ਆ। ਵੈਸੇ ਮੈਂ ਦੂਜੀ ਜਗ੍ਹਾ ਆ ਗਿਆ, ਪ੍ਰੋਪਰ ਮੈਂ ਗਰਮੀਆਂ 'ਚ ਆਇਆ ਸੀ, ਹੁਣ ਠੰਡ ਹੋ ਗਈ, ਠੰਡ 'ਚ ਆਇਆ ਵਾਂ, ਸੋ ਹੁਣ ਥੋੜ੍ਹਾ ਜਿਹਾ ਵਧੀਆ ਲੱਗ ਰਿਹਾ ਇੱਥੇ ਵਿਊ ਵਗੈਰਾ ਬੈਕ ਕੈਮਰਾ। ਭਾਵੇਂ ਥੋੜ੍ਹੀ ਜਿਹੀ ਇੱਥੇ ਨਵੀਆਂ ਚੀਜ਼ਾਂ ਲੱਗੀਆਂ ਹੋਈਆਂ ਉਹਦੇ ਕਰਕੇ, ਕ੍ਰਿਸਮਿਸ ਕਰਕੇ ਇਵੈਂਟ ਲਾਇਆ ਹੋਇਆ ਇਹਨਾਂ ਨੇ ਕੁਛ ਨਾ ਕੁਛ, ਤਾਂ ਕਰਕੇ ਆਪਾਂ ਦੇਖਣਾ ਸੀ। ਹਜੇ ਰਾਤ ਦਾ ਵੀ ਤੁਹਾਨੂੰ ਦਿਖਾਵਾਂਗੇ ਰਾਤ ਨੂੰ, ਕਿਉਂਕਿ ਲਾਈਟਸ ਵਗੈਰਾ ਇੱਥੇ ਲੱਗੀਆਂ ਹੋਈਆਂ ਸਾਰੇ ਕਿਤੇ, ਹੁਣ ਤਾਂ ਪਤਾ ਨਹੀਂ ਲੱਗ ਰਿਹਾ ਰਾਤ ਨੂੰ, ਸੋ ਦਿਖਣਗੀਆਂ ਲਾਈਟਾਂ ਲੱਗੀਆਂ। ਵਿਊ ਚੈੱਕ ਕਰੋ, ਅੱਗੇ ਸਨੋ ਬਰਫਾਂ ਪੈ ਗਈਆਂ, ਬਰਫਾਂ। ਆਹ ਦੇਖੋ ਮਿੱਤਰੋ ਕਿੰਨਾ ਸੋਹਣਾ ਟੈਡੀ ਬੀਅਰ, ਲੋਕ ਫੋਟੋਆਂ ਕਰਾਈ ਜਾਂਦੇ ਇੱਥੇ, ਅਸੀਂ ਵੀ ਕਰਾਵਾਂਗੇ, ਆਪਾਂ ਕਰਾਵਾਂਗੇ ਮੁੜਦੇ ਹੋਏ, ਕਰਾਈਏ ਮੁੜਦੇ ਹੋਏ, ਚੱਲ ਠੀਕ ਹੈ ਮੁੜਦੇ ਹੋਏ ਕਰਾ ਲੈਂਦੇ ਹਾਂ। ਜਿੱਦਾਂ ਕ੍ਰਿਸਮਿਸ ਕਰਕੇ ਕੋਈ ਮਾਰਕੀਟ ਲੱਗੀ ਹੋਈ ਆ, ਤਾਂ ਕਿੱਡੀ ਵੱਡੀ ਲਾਈਨ ਲੱਗੀ ਹੋਈ ਆ, ਸੋਲਡ ਆਊਟ ਹੋਇਆ ਹੋਣਾ ਸਾਰੀਆਂ ਟਿਕਟਾਂ ਵਗੈਰਾ, ਮੈਨੂੰ ਨਹੀਂ ਲੱਗਦਾ ਟਿਕਟ ਮਿਲ ਰਹੀ ਆ ਇੱਥੇ। ਬਾਕੀ ਉੱਧਰ ਸਾਰੇ ਭਰਿਆ ਪਿਆ ਅੰਦਰ, ਦੇਖ ਸਕਦੇ ਅੰਦਰ ਅੰਦਰ ਜਿੰਨਾ ਕੁ ਦੇਖਦਾ ਦਿਖਾ ਸਕਦੇ ਹਾਂ ਆਪਾਂ। ਦੇਖੋ ਮਿੱਤਰੋ ਜਹਾਜ਼ ਉੱਡਣ ਲੱਗਿਆ, ਪਾਣੀ 'ਚ ਜਿਹੜਾ ਚੱਲਦਾ ਆ, ਦੇਖੋ ਉਹਲੇ ਆ ਗਿਆ ਘੁੰਮ ਕਰਕੇ ਥੱਕ ਗਏ, ਫਿਰ ਅਸੀਂ ਸ਼ਿਮਲਾ ਵਾਲੀ ਪੀਣ ਬਹਿ ਗਏ ਨਾ, ਹੁਣ ਅਸੀਂ ਗਾਂਹ ਜਾਂਦੇ ਹਾਂ ਕਿਤੇ, ਗਾਂਹ ਕਿੱਥੇ ਜਾਣਾ ਹੁਣ, ਓਕੇ ਉੱਥੇ ਜਾ ਕੇ ਮਿਲਦੇ ਹਾਂ। ਓਕੇ ਹੁਣ ਅਸੀਂ ਜਾ ਰਹੇ ਹਾਂ ਪਾਣੀ ਵਿੱਚ ਦੀ ਬੱਸ ਜਾਣੀ ਆ, ਪਾਣੀ ਵਾਲੀ ਬੱਸ ਜਾ ਰਹੇ ਹਾਂ, ਅੱਗੇ ਵੀ ਪਲੈਨ ਆ ਤੁਹਾਨੂੰ ਅੱਗੇ ਦੂਜੀ ਸਾਈਡ ਦਾ ਜਾ ਕੇ ਵਿਊ ਦਿਖਾਉਂਦੇ ਹਾਂ, ਇਹਦਾ ਵਿਊ ਘੈਂਟ ਆ ਰਿਹਾ।
ਕਿੱਦਾਂ ਦਾ ਲੱਗਦਾ ਅੱਗੇ ਮਾਹੌਲ ਜਾ ਕੇ ਜਾਂਦੇ ਨਾ। ਤੁਹਾਨੂੰ ਕੀ ਲੱਗਦਾ ਜੇ ਬਾਦਲ ਵਾਲੀ ਬੱਸ ਚੱਲ ਪੈਂਦੀ ਪਾਣੀ ਵਾਲੀ, ਉਹ ਵੀ ਇੱਦਾਂ ਜਾਣੀ ਸੀਗੀ ਪਾਣੀ 'ਚ, ਹੈਂ ਕੀ ਲੱਗਦਾ ਦੱਸੋ? ਅਸੀਂ ਹੁਣ ਪਾਣੀ ਵਾਲੀ ਬੱਸ ਵਿੱਚ ਜਾਣ ਲੱਗੇ ਹਾਂ, ਤੁਹਾਨੂੰ ਅੱਗੇ ਦਾ ਰਿਵਿਊ ਦਿਖਾਉਣਾ ਕਿੱਦਾਂ ਵਿਊ ਰਿਵਿਊ ਕਹੀ ਹੈ ਨਾ, ਅੱਗੇ ਦਾ ਵਿਊ ਦਿਖਾਉਣਾ ਕਿੱਦਾਂ ਆਉਂਦਾ ਵਾ ਤੁਹਾਨੂੰ ਮਿਲਦੇ। ਤੁਸੀਂ ਦੇਖ ਸਕਦੇ ਹੋ ਬੋਟ ਚੱਲ ਪਈ ਆ, ਬਹੁਤ ਘੈਂਟ ਵਿਊ ਆ ਰਿਹਾ। ਕਿਵੇਂ ਲੱਗ ਰਿਹਾ ਨਵ, ਕਿੱਦਾਂ ਦਾ ਲੱਗਦਾ ਹੈ? ਮੇਰੇ ਹਿਸਾਬ ਨਾਲ ਬੋਟ 'ਚ ਬੈਠਣਾ 700-800 ਜਣਾ ਬਹਿੰਦਾ ਹੋਊਗਾ। ਕਿੰਨੇ ਜਣਾ, ਕਿੰਨੇ ਜਣੇ ਬਹਿ ਜਾਂਦੇ ਹੋਣੇ ਨਾ, ਕਿੰਨੇ ਜਣੇ ਬਹਿ ਜਾਂਦੇ ਹੋਣੇ? ਦੂਸਰੀ ਸਾਈਡ ਆ ਗਏ ਹਾਂ ਕ੍ਰੋਸ ਕਰਕੇ ਅਤੇ ਹੁਣ ਉਤਰਨ ਲੱਗੇ ਹਾਂ ਅਸੀਂ, ਨੌਰਥ ਵੈਨਕੂਵਰ ਆ ਗਏ। ਪਹਿਲਾਂ ਕਿਹੜੇ ਵੈਨਕੂਵਰ, ਹੁਣ ਨੌਰਥ ਵੈਨਕੂਵਰ ਆਉਣਾ। ਅਸੀਂ ਦੂਸਰੀ ਸਾਈਡ ਆ ਗਏ ਹਾਂ, ਹੁਣ ਉੱਪਰ ਜਾ ਕੇ ਦੇਖਦੇ ਹਾਂ ਕੀ ਬਣਦਾ। ਲੋਕੇਸ਼ਨ ਸਾਨੂੰ ਇੱਦਾਂ ਦੀ ਕੁਛ ਪਤਾ ਨਾ, ਸੱਚੀ ਨਹੀਂ ਪਤਾ, ਝੂਠ ਬੋਲਦੇ ਹਾਂ। ਅਸੀਂ ਫਸਟ ਟਾਈਮ ਆਏ ਹਾਂ ਇੱਧਰ ਦੂਸਰੀ ਸਾਈਡ ਨੌਰਥ ਵੈਨਕੂਵਰ। ਉਹ ਵਾਓ, ਜਾਣ ਲਈ ਖੜੇ ਆ ਉਹ ਦੂਜੀ ਸਰ, ਕਿੰਨੇ ਜਾਣੇ ਆ ਨਾ ਜਿਹੜੀ ਜਗ੍ਹਾ ਲੱਭਦੀ ਸੀ ਉਹ ਲਿਆਂਦੀ ਤੁਹਾਨੂੰ, ਹੁਣ ਦੱਸੋ ਆਈ ਕਦੇ ਹੀ ਆਈ ਮੇਨ ਜਗ੍ਹਾ 'ਤੇ? ਆਪਾਂ ਵੀ ਕਰਨਾ ਇੱਥੇ ਲੋਕ ਕੋਈ ਆਪਣੀ ਯਾਦ ਦਾ ਕੋਈ ਨਾ ਲੋੜੀ, ਕਿਉਂ ਤੁਸੀਂ ਆ ਗਏ? ਮੈਂ ਯਾਦਾਂ ਨਹੀਂ ਕਰਨੀ। ਨਹੀਂ ਕੀ ਲਿਖਿਆ ਵੀ ਇੱਥੇ, ਜਿੱਦਾਂ ਸਾਰੇ ਲੋਕ ਇੱਥੇ ਜਿੰਦੇ ਲੱਗ ਜਾਂਦੇ ਆ, ਆਪਾਂ ਵੀ ਲਾਵਾਂਗੇ ਫੋਟੋ ਵਗੈਰਾ ਖਿੱਚਾਂਗੇ। ਠੀਕ ਹੈ, ਕਿਉਂ ਨਹੀਂ ਲਾਉਣੇ? ਨਹੀਂ ਲਾ ਕੇ ਚੱਲਾਂਗੇ ਯਾਰ, ਹੱਦ ਆ। ਆਹ ਦੇਖੋ ਮਿੱਤਰੋ, ਆਹ ਲੋਕਸ ਹੀ ਲੋਕਸ ਲਾ ਗਏ ਆ। ਜਿਹੜਾ ਬੰਦਾ ਆਪਦਾ ਕੁਛ ਵੀ ਲਿਖ ਕੇ ਹੈ ਨਾ, ਲਿਖਣ ਨੂੰ ਵੀ ਕੁਛ ਦਿੰਦੇ ਆ ਲੋਕ ਦੇ ਉੱਤੇ ਲਿਖ ਕੇ ਕਿ ਪਾਣੀ 'ਚ ਸੜ ਦਿੰਦਾ ਵਾ। ਪਿੱਛੇ ਵਿਊ ਚੈੱਕ ਕਰੋ, ਆ ਜਾ ਪਿੱਛੇ ਕਿੰਨੇ ਸਾਰੇ ਲੋਕਸ, ਸਾਰੇ ਆਪਦਾ ਕੁਛ ਨਾ ਕੁਛ ਲੈ ਕੇ ਇੱਥੇ ਪਾਣੀ 'ਚ ਸੱਟ ਜਾਂਦੇ ਆ। ਆਪਾਂ ਕੀ ਲਿਖਿਆ? HNB ਹਾਰਟ ਪਲੱਸ ਹਾਰਟ। ਚਲੋ ਮਿੱਤਰੋ, ਆਪਣੀ ਬੋਟ ਗਈ, ਸਾਡੀ ਬੋਟ ਗਈ ਮਿੱਤਰੋ। ਬਾਅਦ ਹੁਣ ਕਿੰਨੇ, 14 ਮਿੰਟਾਂ ਨੂੰ, 14 ਮਿੰਟਾਂ ਨੂੰ ਚਲੋ ਚੱਲੀਏ। ਲਓ ਵੀ ਮਿੱਤਰੋ, ਹੁਣ ਆਪਾਂ ਦੁਬਾਰਾ ਜਾ ਰਹੇ ਹਾਂ ਬੱਸ 'ਚ, ਅਤੇ ਆਪਾਂ ਕਿੱਥੇ ਜਾਣਾ ਅੱਗੇ? ਮੈਟਰੋ, ਮੈਟਰੋ ਟਾਊਨ, ਮੈਟਰੋ ਟਾਊਨ। ਅਤੇ ਮੌਲ ਬਹੁਤ ਸੋਹਣਾ ਆ, ਅਤੇ ਅਸੀਂ ਜਾ ਕੇ ਤੁਹਾਨੂੰ ਉੱਥੋਂ ਦਾ ਵਿਊ ਦਿਖਾਉਣਾ ਮੌਲ ਦਾ ਕਿੱਦਾਂ ਦਾ ਵਾ। ਕੀ ਕਹਿਣਾ ਚਾਹੋਗੇ? ਨਹੀਂ ਬਿਮਾਰ ਹੁੰਦੇ, ਕੋਈ ਇਸ਼ੂ ਨਹੀਂ, ਵੇਟ ਕਰਨੀ ਪੈਣੀ ਹੁਣ ਮੈਨੂੰ ਲੱਗਦਾ ਅਗਲੀ ਟ੍ਰੇਨ ਦੀ। ਕਿੱਦਾਂ ਦੀ ਸਾਈਡ ਖੜ੍ਹਨਾ ਪੈਣਾ, ਇੱਧਰ ਜਾਣਾ? ਵੇਟਿੰਗ ਏਰੀਆ ਜਾਂ ਅੱਗੇ ਨੈਕਸਟ ਵੇਟਿੰਗ ਏਰੀਆ? ਕੁਛ ਕੁ ਜਾਣੇ ਬੈਠੇ ਆ। ਨੋ, ਦੁਬਾਰਾ ਆ ਗਏ ਅਸੀਂ ਬੋਰਡ 'ਚ, ਸੈਂਟਾ ਕਲੌਸ ਨਾਲ ਆਪਦੇ ਵਧੀਆ ਫਿਰਦਾ ਬੋਰਡ ਲੋਕ ਬੜੀਆ ਉਹਨਾਂ ਨੇ ਜਾ ਰਿਹਾ ਨਾਲ ਆਪਦੇ।
ਚੈੱਕ ਕਰੋ ਵੀ ਤੁਸੀਂ ਤੇ ਰਾਤ ਨੂੰ ਫੋਟੋਆਂ ਕਰਾਈਆਂ ਹੁਣ ਕਿਆ ਬਾਤ ਹੈ ਬਾਕੀ ਵੀ ਉਹ ਸੁਣਦਾ ਪਾਣੀ ਦੇਖ ਕਿੱਦਾਂ ਲੱਗ ਰਿਹਾ ਸਲੋ ਸਲੋ ਚੱਲਦਾ ਜੋ ਵੀ ਮਿੱਤਰੋ ਅਸੀਂ ਬੋਟ ਤੋਂ ਵਾਪਸ ਆ ਗਏ ਅਤੇ ਹੁਣ ਅਸੀਂ ਘਰ ਨੂੰ ਚੱਲਦੇ ਬੱਸ ਜੀ ਮਤਲਬ ਬੱਸ ਜਿਹੜੀ ਪਾਣੀ ਦੇ ਵਿੱਚ ਚੱਲਦੀ ਆ ਸਪੀਡ ਵਾਲੀ ਲੱਗੀ ਸੀ ਬੱਸ ਤਿੰਨ ਸੌ ਨੀ ਬੱਸ ਲੈ ਚੈੱਕ ਕਰੋ ਮੂਹਰੇ ਕਿੰਨੇ ਜਾਣੇ ਖੜ੍ਹੇ ਆ ਪੰਜਾਹ ਚਾਲੀ ਪੰਜਾਹ ਜਾਣੇ ਮੂਹਰੇ ਉਹ ਵੀ ਆਪਾਂ ਲਾਸਟ ਸਟੋਪ ਉੱਤਰ ਗਏ ਹਾਂ ਅਤੇ ਹੁਣ ਪੈਦਲ ਯਾਤਰਾ ਕਰਨੀ ਹੈ ਨਾ ਨਾਲ ਪੈਦਲ ਯਾਤਰਾ ਕਰਨੀ ਮੀਂਹ ਵੀ ਪੈਣ ਲੱਗ ਗਿਆ ਥੋੜ੍ਹਾ ਥੋੜ੍ਹਾ ਮੀਂਹ ਵੀ ਆ ਗਿਆ ਤੁਰ ਕੇ ਕਿੰਨੀ ਵਾਟ ਇੱਧਰ ਵੀ ਜਾਣਾ ਸਿੱਧਾ ਆਪਾਂ ਆਪਾਂ ਆਏ ਹਾਂ ਬੋਲਿੰਗ ਕਰਨ ਜਿਹੜੇ ਰਾਤ ਵੀ ਘਰ ਜਾਂਦੇ ਹਾਂ ਪੂਰਾ ਬੋਲਿੰਗ ਵਗੈਰਾ ਖੇਡਦੇ ਹਾਂ ਇੱਧਰ ਉੱਪਰ ਜ਼ਿਆਦਾਤਰ ਇਹ ਖਾਲੀ ਨਹੀਂ ਪਿਆ ਵਾ ਇਸ ਟਾਈਮ ਅਸੀਂ ਲੇਟ ਹਾਂ ਪਹਿਲਾਂ ਥੋੜ੍ਹਾ ਬਹੁਤਾ ਖਾਣ ਨਹੀਂ ਮਿਲਿਆ ਪੀਜ਼ਾ ਲਿਆ ਸੀਗਾ ਅਤੇ ਹੁਣ ਘਰ ਵੱਲ ਨੂੰ ਜਾ ਰਹੇ ਹਾਂ ਅਸੀਂ ਉੱਥੇ ਅਤੇ ਹੁਣ ਜਾਂਦੇ ਜਾਂਦੇ ਤਾਂ ਅਸੀਂ ਲੇਟ ਹੋ ਗਏ ਹੈ ਨਾ ਟਾਈਮ ਤਾਂ ਵੈਸੇ ਘੱਟ ਹੀ ਹੋਇਆ ਕਿੰਨਾ ਹੋਇਆ ਸੱਤ ਸਾਢੇ ਸੱਤ ਹੋਏ ਆ ਫਿਰ ਵੀ ਘਰ ਜਾ ਕੇ ਰੈਸਟ ਕਰਨੀ ਉਹਦੇ ਨਾਲ ਥੱਕ ਗਏ ਫਿਰ ਅਸੀਂ ਬਾਕੀ ਫੂਡ ਵੀ ਬਾਹਰੋਂ ਹੀ ਔਡਰ ਕਰ ਲਿਆ ਏ ਸੋ ਅਸੀਂ ਖਾ ਪੀ ਹਾਂ ਦੇਖੋ ਜੀ ਰਾਹ 'ਚ ਆਉਂਦੇ ਹਾਂ ਯਾਰ ਰਾਹ 'ਚ ਕਿੰਨੇ ਘਰ ਆਪਦਾ ਕ੍ਰਿਸਮਿਸ ਕਰਕੇ ਬਹੁਤ ਸੋਹਣਾ ਸਜਾਇਆ ਹੋਇਆ ਵਾ ਦੇਖੋ ਚੈੱਕ ਕਰੋ ਕਿਉਂਕਿ ਗੋਰਿਆਂ ਦਾ ਇਹੀ ਇੱਕੋ ਉਹ ਹੁੰਦਾ ਨਾ ਕ੍ਰਿਸਮਿਸ ਦਾ ਤਿਉਹਾਰ ਹੀ ਹੁੰਦਾ ਤਾਂ ਉਹਨੂੰ ਪੂਰਾ ਸਾਰਾ ਸਾਲ ਕਮਾਈ ਕਰਦੇ ਆ ਅਤੇ ਐਂਡ 'ਤੇ ਜਾ ਕੇ ਡਾ ਦਿੰਦੇ ਆ ਲਓ ਵੀ ਮਿੱਤਰੋ ਫੈਮਿਲੀ ਪਹੁੰਚ ਚੁੱਕੇ ਹਾਂ ਆਪਾਂ ਘਰ ਪਹੁੰਚ ਗਏ ਚਲੋ ਜੀ ਹੁਣ ਅਸੀਂ ਕਹਿਣ ਲੱਗਿਆ ਬੰਦ ਫੂਡ ਫਾਡ ਖਾਣ ਲੱਗਿਆ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੇ ਵਧੀਆ ਲੱਗਿਆ ਨਹੀਂ ਤਾਂ ਓਕੇ ਆ ਫਿਰ ਓਕੇ ਬਾਏ